ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਜਸਪ੍ਰੀਤ ਕੌਰ ਅਤੇ ਤੁਸੀਂ ਦੇਖ ਰਹੇ ਹੋ CNW ਲੁਧਿਆਣਾ ਸਿਟੀ ਲਾਈਵ ਅਤੇ ਬਿਜ਼ਨਸ ਇੰਡੀਆ TV। ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਅਸੀਂ ਪਹੁੰਚੇ ਹਾਂ MBD ਮਾਲ ਦੇ ਵਿੱਚ, ਟਿਊਲਿਪ ਮਾਨਸੈਲਾ ਲਗਜ਼ਰੀ ਰੈਜ਼ੀਡੈਂਸ ਦੀ ਇੱਥੇ ਐਗਜ਼ੀਬਿਸ਼ਨ ਲੱਗੀ ਹੈ। ਆਓ ਅਸੀਂ ਇੱਥੇ ਦੇ ਤੁਹਾਨੂੰ ਵਿਜ਼ਿਟ ਕਰਵਾਉਂਦੇ ਹਾਂ, ਇੱਥੇ ਵਿਜ਼ਿਟਰਸ ਦੀ ਵੀ ਨਾਲ ਵੀ ਗੱਲਬਾਤ ਕਰਵਾਉਂਦੇ ਹਾਂ ਅਤੇ ਇੱਥੇ ਜਿਹੜੇ ਚੀਫ ਗੈਸਟ ਨੇ ਉਹਨਾਂ ਨਾਲ ਵੀ ਗੱਲਬਾਤ ਕਰਵਾਉਂਦੇ ਹਾਂ। ਬਣੇ ਰਹੋ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, CNW ਚੈਨਲ ਅਤੇ ਲੁਧਿਆਣਾ ਸਿਟੀ ਲਾਈਵ ਬਿਜ਼ਨਸ ਇੰਡੀਆ TV ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਸਪ੍ਰੀਤ ਕੌਰ ਬਹੁਤ ਬਹੁਤ ਸਵਾਗਤ ਕਰਦੀ ਹਾਂ। ਦੋਸਤੋ, ਅੱਜ ਅਸੀਂ ਪਹੁੰਚੇ ਹਾਂ MBD ਮਾਲ ਦੇ ਇੱਥੇ ਫਿਫਥ ਫਲੋਰ 'ਤੇ, ਜਿੱਥੇ ਕਿ ਟਿਊਲਿਪ ਮਾਨਸੈਲਾ ਦਾ ਜੋ ਕਿ ਰੈਜ਼ੀਡੈਂਸ ਦਾ ਐਗਜ਼ੀਬਿਸ਼ਨ ਲੱਗਾ ਹੋਇਆ ਹੈ। ਆਓ ਇੱਥੇ ਦੇ ਜਿਹੜੇ ਚੀਫ ਗੈਸਟ ਨੇ ਪ੍ਰੇਮ ਮਿੱਤਲ ਜੀ ਔਰ ਜਿਹੜੇ ਵਿਜ਼ਿਟ ਐਜ਼ ਅ ਵਿਜ਼ਿਟਰ ਵੀ ਆਏ ਨੇ, ਸਾਰਿਆਂ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ। ਬਣੇ ਰਹੋ ਸਾਡੇ ਨਾਲ। ਸਤਿ ਸ਼੍ਰੀ ਅਕਾਲ ਸਰ। ਹੈਲੋ ਜੀ, ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਰਾਮ ਰਾਮ। ਅੱਜ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ, ਆਪਾਂ ਦਿੱਲੀ ਦੀ ਕਹਿ ਲਈਏ ਜਾਂ ਗੁੜਗਾਉਂ ਤਾਂ ਹੈ ਹੀ, ਬਹੁਤ ਵੱਡਾ ਇੱਕ ਗਰੁੱਪ ਜੋ ਉੱਥੇ ਬਹੁਤ ਵੱਡੇ ਵੱਡੇ ਫਲੈਟਸ ਬਣਾ ਕੇ ਜੋ ਦੇ ਰਹੇ ਨੇ, ਵੱਡੇ ਵੱਡੇ ਯੂਨਿਟਸ 20-25 ਏਕੜ ਦੇ ਵਿੱਚ, ਉਹਦਾ ਇੱਕ ਗਰੁੱਪ ਜੋ ਸਾਡੇ ਕੋਲ ਹੈਗਾ ਮੋਨਾਸੀਲਾ, ਜੋ ਗਰੁੱਪ ਇੱਥੇ ਆਇਆ ਹੋਇਆ, ਅਤੇ ਜਿਹੜੀ ਗੋਲਫ ਰੋਡ ਹੈ ਉੱਥੇ ਦੀ, ਉਹ ਸਭ ਤੋਂ ਮਸ਼ਹੂਰ ਰੋਡ ਆ। ਔਰ ਜੋ ਅਸੀਂ ਇਹ ਕਹਿ ਲਈਏ ਵੀ ਦਿੱਲੀ ਦੇ ਜਾਂ ਸਾਡੇ ਫਿਲਮ ਸਟਾਰ ਜਾਂ ਸਾਡੇ ਕ੍ਰਿਕਟ ਸਟਾਰ ਜਾਂ ਹੋਰ ਇਹ ਵੀ ਕਹਿ ਲਈਏ ਪੋਲੀਟੀਕਲ ਬੰਦੇ ਜਿਹੜੇ ਸਾਰੇ ਉਹਦੇ ਨੇੜੇ ਤੇੜੇ ਰਹਿੰਦੇ ਨੇ, ਉਸੇ ਰੋਡ 'ਤੇ ਰਹਿੰਦੇ ਨੇ। ਉੱਥੇ ਇਹ ਕੰਪਨੀ ਇੱਕ ਬਹੁਤ ਵੱਡੀ 40-ਮੰਜ਼ਿਲਾ 4 ਟਾਵਰ ਫਲੈਟ ਬਣਾ ਰਹੀ ਹੈ, ਅਤੇ ਉਹਦੇ ਸੰਬੰਧ ਦੇ ਵਿੱਚ ਜੋ ਅੱਜ ਇੱਥੇ ਇਹਨਾਂ ਨੇ ਸ਼ਹਿਰ ਦੇ ਸਾਰੇ ਅੱਛੇ ਸਾਡੇ ਪ੍ਰੋਪਰਟੀ ਡੀਲਰਸ, ਸਾਡੇ ਇੰਡਸਟਰੀਅਲਿਸਟ ਜਾਂ ਹੋਰ ਪਤਵੰਤੇ ਸ਼ਹਿਰ ਦੇ ਆਏ ਨੇ। ਸਵੇਰ ਤੋਂ ਇਹ ਕੰਮ ਚੱਲ ਰਿਹਾ, ਆ ਰਹੇ ਨੇ, ਜਾ ਰਹੇ ਨੇ, ਦੇਖ ਰਹੇ ਨੇ ਔਰ ਬੁੱਕ ਵੀ ਕਰਾ ਰਹੇ ਨੇ। ਔਰ ਲੁਧਿਆਣਾ ਇੱਕ ਐਡਾ ਵੱਡਾ ਇੰਡਸਟਰੀ ਟਾਊਨ ਹੈ, ਜਿਹੜੇ ਲੁਧਿਆਣੇ ਦੇ ਲੋਕ ਚਾਹੁੰਦੇ ਨੇ ਵੀ ਅਸੀਂ ਜਾ ਕੇ ਆਸਟ੍ਰੇਲੀਆ, ਕੈਨੇਡਾ, ਸਾਊਦੀ ਅਰਬੀਆ ਜਾਂ ਕਿਤੇ ਦੁਬਈ, ਇਹਨਾਂ ਥਾਵਾਂ 'ਤੇ ਜਾ ਕੇ ਵੀ ਆਪਣੇ ਵੱਡੇ ਵੱਡੇ ਫਲੈਟ ਲੈ ਕੇ ਰੱਖਦੇ ਨੇ ਜਾਂ ਫਾਰਮ ਹਾਊਸ ਬਣਾਉਂਦੇ ਨੇ। ਇੱਥੇ ਬਹੁਤ ਵੱਡੇ ਵੱਡੇ ਬਣਾਏ ਹੋਏ ਨੇ। ਉਹ ਲੋਕ ਜਿਹੜੇ ਹੈਗੇ ਉਹਨਾਂ ਦੇ ਵਪਾਰਕ ਲਿੰਕ ਬਹੁਤ ਜ਼ਿਆਦਾ ਨੇ, ਕਿਉਂਕਿ ਥਰੂ ਆਊਟ ਵਰਲਡ ਦਾ ਜਿਹੜਾ ਲਿੰਕ ਹੈ ਵਪਾਰ ਦਾ, ਉਹ ਲੁਧਿਆਣੇ ਨਾਲ ਹੈ। ਚਾਹੇ ਉਹ ਹੌਜ਼ਰੀ ਦੀ ਟ੍ਰੇਡ ਹੈ, ਚਾਹੇ ਉਹ ਸਾਈਕਲ ਪਾਰਟਸ ਦੀ ਟ੍ਰੇਡ ਹੈ, ਚਾਹੇ ਉਹ ਮੋਟਰ ਪਾਰਟਸ ਦੀ ਟ੍ਰੇਡ ਹੈ, ਚਾਹੇ ਉਹ ਕਿਸੇ ਕਿਸਮ ਦੀ ਵੀ ਹੈ ਜਾਂ ਫਾਰਚੂਨਰ ਦੀ ਹੈ ਜਾਂ ਕੋਈ ਜੋ ਵੀ ਹੈ। ਇਸ ਕਰਕੇ ਉਹ ਲੋਕ ਚਾਹੁੰਦੇ ਨੇ ਇਹ ਸਾਰੇ ਜੋ ਇੱਥੇ ਪ੍ਰਮੋਟ ਕਰਨ ਵਾਸਤੇ ਆਏ ਨੇ ਵੀ ਉਹ ਲੋਕ ਜੋ ਉੱਥੇ ਲਗਜ਼ਰੀ ਫਲੈਟ ਜਿਹੜੇ ਬਣ ਰਹੇ ਨੇ ਉਹ ਉੱਥੇ ਲੈਣ, ਅਤੇ ਜਿਹੜੇ ਉਹਨਾਂ ਦੇ ਕਸਟਮਰ ਆਉਂਦੇ ਨੇ ਉਹ ਦਿੱਲੀ ਮਹਿੰਗੇ ਹੋਟਲਾਂ 'ਚ ਠਹਿਰਦੇ ਨੇ ਜਾਂ ਉਹਨਾਂ ਨੂੰ ਉਹਨਾਂ ਦੀ ਇਹੋ ਜਿਹੀ ਸੁਵਿਧਾ ਨਹੀਂ ਮਿਲਦੀ, ਅਤੇ ਇਹ ਲੋਕ ਇੱਥੋਂ ਲੈ ਕੇ ਆਪਣੇ ਫਲੈਟ ਇਹ ਰਹਿਣਾ ਚਾਹੁੰਦੇ ਰਹਿਣ ਵੀ ਆਪਣੇ ਕਸਟਮਰਸ ਨੂੰ ਵੀ ਆਉਂਦੇ ਜਾਂਦਿਆਂ ਨੂੰ ਵੀ, ਕਿਉਂਕਿ ਜਦੋਂ ਕੋਈ ਕਸਟਮਰ ਨੇ ਅਮਰੀਕਾ ਤੋਂ ਆਉਣਾ, ਕੈਨੇਡਾ ਤੋਂ ਆਉਣਾ, ਆਸਟ੍ਰੇਲੀਆ ਤੋਂ ਆਉਣਾ, ਜਪਾਨ ਤੋਂ ਆਉਣਾ, ਫਰਾਂਸ ਤੋਂ ਆਉਣਾ, ਉਸਨੂੰ ਬਹੁਤ ਵਧੀਆ ਜਗ੍ਹਾ ਚਾਹੀਦੀ ਹੈ। ਅਤੇ ਮੇਰਾ ਖਿਆਲ ਹੈ ਲੁਧਿਆਣੇ 'ਚ ਤਾਂ ਕੋਈ ਇਹੀ ਜਗ੍ਹਾ ਹੈ ਨਹੀਂ ਅੱਜ ਵਧੀਆ ਜਿਹਦੇ ਉੱਥੇ ਠਹਿਰਾਇਆ ਜਾ ਸਕੇ। ਠੀਕ ਹੈ, ਟੈਂਪਰੇਰੀ ਤੌਰ 'ਤੇ ਬਹੁਤ ਵਧੀਆ ਵਧੀਆ ਇੱਥੇ ਹੋਟਲ ਨੇ, ਜਿਸ ਤਰ੍ਹਾਂ ਆਪਾਂ ਖੜ੍ਹੇ ਹਾਂ ਇਸ ਟਾਈਮ, ਸ਼ਹਿਰ ਦਾ ਸਭ ਨਾਲੋਂ ਟੋਪਰ ਹੋਟਲ ਹੈ ਰੇਡੀਅਸ ਹੋਟਲ ਜਿਹੜਾ ਹੈਗਾ, ਇਹ ਸਭ ਤੋਂ ਟੋਪ ਦਾ। ਅਤੇ ਮੇਰੀ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਹੈ ਵੀ ਆਓ ਆਪਾਂ ਸਾਰੇ ਰਲ ਕੇ, ਜਿਹੜਾ ਆਪਣਾ ਪੈਸਾ ਦੁਬਈ 'ਚ ਇਨਵੈਸਟ ਕਰ ਰਹੇ ਹਾਂ, ਬਾਹਰ ਇਨਵੈਸਟ ਕਰ ਰਹੇ ਹਾਂ, ਕਿਉਂ ਨਾ ਹਿੰਦੁਸਤਾਨ ਦਾ ਰੁਪਈਆ ਹਿੰਦੁਸਤਾਨ 'ਚ ਇਨਵੈਸਟ ਕਰੀਏ, ਚਾਹੇ ਉਹ ਪੰਜਾਬ 'ਚ ਹੋਵੇ, ਚਾਹੇ ਉਹ ਦਿੱਲੀ 'ਚ ਹੋਵੇ। ਕਿਉਂਕਿ ਜੋ ਹਿੰਦੁਸਤਾਨ ਦੀ ਸਰਕਾਰ ਹੈ ਉਹਦਾ ਵੀ ਇੱਕ ਟੀਚਾ ਹੈ ਕਿ ਇੰਡੀਆ ਦਾ ਡਿਵੈਲਪ ਹੋਵੇ, ਮਜ਼ਦੂਰ ਨੂੰ ਕੰਮ ਮਿਲੇ, ਗਰੀਬ ਨੂੰ ਕੰਮ ਮਿਲੇ, ਸਰੀ ਵਾਲੇ ਨੂੰ ਕੰਮ ਮਿਲੇ, ਪੇਂਟ ਵਾਲੇ ਨੂੰ ਕੰਮ ਮਿਲੇ, ਉਹ ਤਦੇ ਮਿਲੂਗਾ ਜੇ ਇੰਡੀਆ ਦੇ ਵਿੱਚ ਅਸੀਂ ਡਿਵੈਲਪ ਕਰਾਂਗੇ। ਜੇ ਅਸੀਂ ਜਾ ਕੇ ਦੁਬਈ 'ਚ ਜਾਂ ਕੈਨੇਡਾ 'ਚ ਆਸਟ੍ਰੇਲੀਆ 'ਚ ਕਰਾਂਗੇ ਤਾਂ ਸਾਡੇ ਤਾਂ ਕਿਸੇ ਬੰਦੇ ਨੂੰ ਕੰਮ ਨਹੀਂ ਮਿਲਣਾ, ਸਾਡੇ ਕਿਸੇ ਮਿੱਲ ਵਾਲੇ ਨੂੰ, ਸਰੀ ਵਾਲੇ ਨੂੰ ਕੰਮ ਨਹੀਂ ਮਿਲਣਾ, ਕਿਸੇ ਪੇਂਟ ਦੀ ਇੰਡਸਟਰੀ ਵਾਲੇ ਨੂੰ ਕੰਮ ਨਹੀਂ ਮਿਲਣਾ, ਕਿਸੇ ਪਲਾਈ ਦੀ ਇੰਡਸਟਰੀ ਵਾਲੇ ਨੂੰ ਕੰਮ ਨਹੀਂ ਮਿਲਣਾ, ਕਿਸੇ ਪਠਿਆਲਿਆਂ ਨੂੰ ਕੰਮ ਨਹੀਂ ਮਿਲਣਾ, ਇੱਟ ਨਹੀਂ ਲੱਗਣੀ। ਸੋ ਜੋ ਸਾਡੀ ਗੌਰਮੈਂਟ ਦਾ ਉਹ ਹੈਗਾ, ਇਹ ਕੰਪਨੀ ਗੌਰਮੈਂਟ ਦੇ ਮੁਤਾਬਕ ਹੀ ਆਪਣੀ ਇਨਵੈਸਟਰਸ ਜਿਹੜੀ ਹੈਗੀ ਆ
अपनी इन्वेस्ट करके पहला फिर इन्वेस्टर लभ रही है। गोल्फ रोड से 20 एकड़ प्लाट लेना कोई छोटी गल नहीं है, तो बहुत बड़ी गल है। देखो जिथे कि चीफ गैसट बनाया जाता है, पहले तो चीफ गैसट बनने बहुत माण वाली गल होंगी है, फिर यह जी कंपनी का चीफ गैसट बनना जिधर अरबों खरबों का कारोबार हो, फिर होर भी थोड़ा माण बच जाता है। तो जो मैं इन्होंने मिले जो आप कह लिए भी इन्होंने ओनर्स ने जैन साहब ने साड़ा एक बच्चा भी है, तो इन्होंने गलों तो प्रभावित होकर लगता है भी ये जी कंपनी है, वैसे बहुत सारिया फराड कंपनियां भी तुरी फिर ने थोड़े पैसे ले लेंदियां ने अद जनुआ भर के भज जाए, पर जी कंपनी है बिल्कुल जेन्यून कंपनी है और यह कम भी करेगी, थोड़ी पैसों का मुल भी मुड़ेगी। और जो ये दस रहे हैं भी जे कोई अज बंदा इनवैसट करेगा उत्थे ते 2-3 साल बाद इनवैसट का जो करते हैं अपना जो व्यापारी सोचता है, व्यापारी पैसे क्यों आता कि मैं इतने कितने 1 लाख रुपया लाया, 2-3 साल बाद मेरा 1.5-2 लाख होंगे, तो इन्हों के हिसाब न तो 3 गुना हो जाना जो ये दस रहे हैं। सो मैं अज इन्हों का भी धन्यवाद करना है, थोड़े चैनल का भी करना और अपील भी करना है लुधियाना शहर के लोगों को, पंजाब के लोगों भी आओ आप कंपनियों का साथ दीए, तो सरकार की जो इच्छा है उसके मुताबिक आप अपना रुपया देश तो बाहर ना भेज के देश के ही इन्वेस्ट करिए। सर तुसी कुछ कहना चाहोगे, थोड़ी डिटेल दोगे साढ़े जो दर्शक है उन्होंने बारे? सबसे पहले तो मैं आपको ट्यूलिप ग्रुप के बारे में बताना चाहूँगा। ट्यूलिप ग्रुप 2005 में इस्टेब्लिश हुई थी, आज तक हम 10,000 से ज़्यादा हम लोग फ्लैट्स डिलीवर कर चुके हैं। एंड सबसे अच्छी खासियत यह है ये जीरो डेट कंपनी, आज तक हमने किसी भी प्रोजेक्ट में चाहे टूवर्ड्स लैंड या कंस्ट्रक्शन हमने आज तक कोई लोन नहीं लिया, सारे प्रोजेक्ट्स हमारे डिलीवर्ड हैं, कोई लिटिगेशन नहीं है। एंड इसमें कोई भी असुविधा आज तक किसी भी हमारे जो फैमिली ओनर्स हैं जो हमारे रेजिडेंट्स हैं किसी को कोई लिटिगेशन नहीं है। एंड अगर मैं प्रोजेक्ट की बात करूँ, जैसा सर ने बताया ये गोल्फ कोर्स रोड के ऊपर प्रोजेक्ट है, ये आखिरी ही लैंड है गोल्फ कोर्स रोड पे, एक आखिरी अपॉर्चुनिटी है इन्वेस्टर्स के लिए भी और रेजिडेंट्स के लिए भी, लोकल्स के लिए कि वहाँ पे अपना घर और अपना सपना पूरा करने के लिए गोल्फ कोर्स रोड पे अपना घर लेने के लिए। एंड अगर मैं और ज़्यादा बात करूँ तो ये 3-4-5 BHK इसके अंदर हम लेकर आ रहे हैं, 40 फ्लोर्स के टावर्स हैं। एंड आज खुशकिस्मती है कि जैन साहब भी जो कि कंपनी के MD हैं वो यहाँ पर मौजूद हैं, तो मैं चाहूँगा कि आप जैन साहब से भी अगर सर प्रोजेक्ट दी डिटेल्स दोगे थोड़ी, मतलब बिल्डिंग दे विच की अवेलेबल है सारा कुछ सडे कस्टमर? ये 20 एकड़ का प्रोजेक्ट है जी, 20 एकड़ के प्रोजेक्ट के अंदर इसमें सारी फैसिलिटी, इसमें टोटल 1100 अपार्टमेंट है रफली, और 20 एकड़ में इसमें हम 10 टावर प्लान कर रहे हैं, इसमें 3 BHK 4 BHK 5 BHK के अपार्टमेंट्स हैं इसके अंदर, और इसमें टोटल सुपर लग्जरी इसके अंदर अपार्टमेंट्स हैं, स्काई हब है इसके अंदर, 3 टावर को जोड़ के हमने क्लब बनाया है इसके अंदर, क्लब बना रहे हैं इसके अंदर, नीचे ग्राउंड फ्लोर पर क्लब है। फैसिलिटी वाइज देखें तो इसके अंदर जो भी अमेनिटीज जैसे कस्टमर को जो चाहिए सारी अमेनिटीज हम लोग दे रहे हैं इसके अंदर, प्लस इसमें अलग से एक स्पोर्ट्स कम्प्लेक्स हम बनाया है। जनरली क्या जितने भी कम्प्लेक्सेस बन रहे हैं स्पोर्ट्स फैसिलिटी नहीं होती, इसके अंदर काफ़ी बड़ी स्पोर्ट्स फैसिलिटी हम दे रहे हैं इसके अंदर, वो भी अच्छे किसी ब्रांड से हम टाई अप इसमें कर रहे हैं। अब क्लब की बात करें तो क्लब के अंदर सारी फैसिलिटीज जैसे स्टीम सोना एवरीथिंग जो भी इसके अंदर होती है वो सब दे रहे हैं, बच्चों के लिए किड्स प्ले एरिया हो गया इसके अंदर, जॉगिंग ट्रैक्स वगैरह वो सारी चीज़ें इसके अंदर हम प्रोवाइड कर रहे हैं। कुछ कहना चाहोगे सर? बहुत ही बढ़िया लोकेशन है जी, बहुत ही बढ़िया प्रोजेक्ट है। मैं आप लुधियाने शहर तो हाँ, तो पर हूँ दिल्ली रह रहे हैं, तो साडा सौभाग्य अं जैन साहब नाल उत्थे आए, असीं देखिया प्रोजेक्ट तो बहुत वधिया, बल्कि मैं अपील करूँगा जिहड़े लोग उत्थे रहना चाहते हैं बहुत वधिया प्रोजेक्ट है तो उत्थे लैण। आओ इधर दे जिहड़े चैनल पार्टनर्स ने उन्हां नाल तुहाडी गलबात करवाना। सर सत श्री अकाल सर, मैं रवित चौधरी हूँ, मैं सेल्स हेड हूँ कंपनी का ट्यूलिप ग्रुप का। ट्यूलिप ग्रुप जैसे कि आपको पता है गोल्फ कोर्स रोड पे अभी हम 20 एकर्स का प्रोजेक्ट लेकर आए हैं जो कि अल्ट्रा लग्जरी प्रोजेक्ट है, तो अभी मेरे साथ खड़े हैं हमारे स्टीम चैनल पार्टनर्स, मैं चाहूँगा कि आप इनसे पूछें, ये आपको बताएंगे हमारे प्रोजेक्ट्स के बारे में। सत श्री अकाल मैम। हाई आई एम श्रुति और आई एम कॉलिंग फ्रॉम होमसिक रियल्टर। इट्स अ वेरी गुड एक्सपीरियंस, आई हैव कंप्लीटेड 12 ईयर्स इन दिस कंपनी और मैं 12 ईयर्स से ट्यूलिप बिल्डर के साथ ही कनेक्ट हूँ और ट्यूलिप का ही मेजरली काम करती हूँ, एंड आई एम वेरी मच हैप्पी फॉर द बिकॉज इनका जो कमिटमेंट है
इस डेवलपर का बहुत एकदम टाइमलाइन से होता है, टाइमलाइन से प्रॉपर्टी पूरी कंप्लीट करते हैं और जितने भी आज कमिटमेंट दिए हैं क्लाइंट्स को वो सब फुलफिल करते हैं, तो वी आर वेरी मच हैप्पी। Located on Golf Course Road, Gurugram, one of the most beautiful and well-developed roads in NCR, Tulip Monsera adds a remarkable feature to this area of notable and high-end projects. As you arrive at Tulip Monsera, you'll be welcomed by the extravagant landscape and driveways designed to feel natural and organic. अगर फीचर्स की बात करें तो पहली बार सर किसी प्रोजेक्ट के अंदर 2.5 एकड़ की हमने स्पोर्ट्स कॉम्प्लेक्स दिया है, स्पोर्ट्स अरीना पूरे एंटायर 22.5 एकर्स सारे स्पोर्ट्स इसके अंदर आते हैं। एंड क्लब में अगर बात करते हैं पावर 1-3 इतने सर टॉप फोर्स ऑडिट दो स्पोर्ट्स है, यहाँ से लेकर यहाँ तक कनेक्टेड क्लब हाउस है, ऊपर ही स्विमिंग पूल है, रेस्टोरेंट बार है, जैकूज़ी है।